ਬਿਜਲੀ ਮਹਿਕਮੇ ਦੀ ਅਣਗਹਿਲੀ ਕਾਰਨ ਉਸ ਸਮੇਂ ਵੱਡਾ ਹਾਦਸਾ ਵਾਪਰਿਆ ਜਦੋਂ ਯੂਨੀਅਨ ਬੈਂਕ ਬੋਪਰਾ ਦੇ ਸਾਹਮਣੇ ਨਵੇਂ ਲੱਗੇ ਬਿਜਲੀ ਦੀ ਸਪਲਾਈ ਵਾਲੇ ਟਰਾਂਸਫਾਰਮ ਦੇ ਖੰਭਿਆਂ ਵਿੱਚ ਜ਼ੋਰਦਾਰ ਕਰੰਟ ਆ ਗਿਆ ਤੇ ਇਸ ਕਰੰਟ ਦੇ ਝਟਕੇ ਨਾਲ ਪਸ਼ੂਆਂ ਲਈ ਚਾਰਾ ਲੈ ਕੇ ਆ ਰਿਹਾ ਸਤਨਾਮ ਸਿੰਘ ਵਾਸੀ ਗੁਰਾਇਆ ਜ਼ਖਮੀ ਹੋ ਗਿਆ, ਜਦਕਿ ਉਸ ਦੇ ਬਲ ਦੀ ਮੌਕੇ ਤੇ ਹੀ ਮੌਤ ਹੋ ਗਈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਗੁਰਦੇਵ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਗੁਰਾਇਆ ਨੇ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਉਹਨਾਂ ਦਾ ਰਿਸ਼ਤੇਦਾਰ ਸਤਨਾਮ ਸਿੰਘ ਬਲਦ ਵਾਲੇ ਰੇੜੇ ਤੇ ਭੱਠੇ ਲੈ ਕੇ ਆ ਰਿਹਾ ਸੀ। ਜਦੋਂ ਉਹ ਯੂਨੀਅਨ ਬੈਂਕ ਦੇ ਸਾਹਮਣੇ ਵਾਲੇ ਮੋੜ ਤੇ ਆਇਆ ਤਾਂ ਉੱਥੇ ਲੱਗੇ ਟਰਾਂਸਫਾਰਮ ਦੇ ਖੰਭਿਆਂ ਵਿੱਚ ਕਰੰਟ ਇੰਨਾ ਜ਼ਬਰਦਸਤ ਆ ਗਿਆ ਕਿ ਬਲਦ ਜ਼ਮੀਨ ਤੋਂ 2 ਫੁੱਟ ਉੱਚਾ ਚੁੱਕ ਹੋ ਗਿਆ ਤੇ ਸਤਨਾਮ ਸਿੰਘ ਦੇ ਹੱਥ ਵਿੱਚ ਜੋ ਰੱਸੀਆਂ ਫੜੀਆਂ ਹੋਈਆਂ ਸਨ ਉਸ ਵਿੱਚ ਵੀ ਕਰੰਟ ਆ ਗਿਆ। ਜਦੋਂ ਸਤਨਾਮ ਸਿੰਘ ਨੇ ਰੇੜੇ ਤੋਂ ਛਾਲ ਮਾਰੀ ਤਾਂ ਰੱਸੀਆਂ ਉਸਦੇ ਹੱਥ ਵਿੱਚ ਕਰੰਟ ਨਾਲ ਜੁੜ ਗਈਆਂ। ਰੱਸੀਆਂ ਨੂੰ ਨੇੜੇ ਦੇ ਦੁਕਾਨਦਾਰ ਸੋਢੀ ਸਿੰਘ ਨੇ ਕੱਟਿਆ, ਜਿਸ ਤੋਂ ਬਾਅਦ ਜ਼ਖਮੀ ਹਾਲਤ ਵਿੱਚ ਸਤਨਾਮ ਸਿੰਘ ਨੂੰ ਹਸਪਤਾਲ ਲਿਜਾਇਆ ਗਿਆ। ਬਰਸਾ ਫੜਿਆ ਫੜਿਆ ਨਾਲੇ ਥੱਲੇ ਬੈਠੇ ਉੱਤੇ ਮੈਂ ਹਾਂ ਥੱਲੇ ਬੈਠਾ ਅਰਸਾ ਵੱਢਿਆ ਉਹਦਾ ਗੁਆਂਢੀ ਨੇ ਹਾਂ ਤੇ ਮੇਰੇ ਖੂਨ ਕਿਤੇ ਮੇਰੇ ਖੂਨ ਤੇ ਚਿੱਤੇ ਨੰਬਰ ਆ ਗਿਆ ਹਾਂ ਬਸ ਮੇਰੇ ਬਸ ਮੈਂ ਕਿਹਾ ਜਾ ਮੈਂ ਗਿਆ ਹਾਂ ਤੇ ਬੈਠਾ ਗਿਆ ਜਾ ਮੇਰੀ ਵੀ ਔਖਾ ਹੈ ਪੱਠੇ ਲੈ ਆਉਂਦਾ ਸੀ ਸਿੱਧਾ ਰੇੜਾ ਤੁਰਿਆ ਜਾਂਦਾ ਬਿਜਲੀ ਨੇ ਖਿੱਚ ਲਿਆ ਦਬਦਾ ਬੋਲਦ ਨੂੰ ਦੂਏ ਬੰਦੇ ਛਾਲ ਮਾਰੀ ਦਬਦਾ ਥੱਲੇ ਹੱਥ ਲਾਇਓ ਕਹਿੰਦਾ ਕਰੰਟ ਫਿਰ ਮੈਂ ਕਿਹਾ ਉਰੇ ਆ ਜਾ ਦਬਦਾ ਇੱਧਰ ਨਾ ਜਾ ਬੋਲਦਾ ਫਿਰ ਚੁੱਕ ਹੋ ਗਿਆ ਉਰੇ ਨੂੰ ਹੋ ਗਿਆ ਰੇੜਾ ਉਹਨੂੰ ਫਿਰ ਕੱਟਣ ਲੱਗ ਪਿਆ ਕਰੰਟ ਹੈਗਾ ਤੇ ਥੋੜਾ ਥੋੜਾ ਮਰਿਆ ਫਿਰ ਕਰੰਟ ਨਾ ਆਈ ਸਨ ਲਾ ਕੇ ਤੇ ਮੈਂ ਖਿੱਚ ਲਿਆ ਉੱਧਰ ਨੂੰ ਕਰੰਟ ਨੇ ਦਬ ਦਬ ਕਰੰਟ ਨੇ ਖਿੱਚ ਲਿਆ ਹੁਣ ਸੋਹਣਾ ਨਾ ਕੇ ਗਿਆ ਇੱਥੋਂ ਇੱਕਦਮ ਬੋਲਦ ਬਹਿ ਪਿਆ ਲਹਿ ਕੇ ਬੋਲਦ ਫਿਰ ਤਾਂ ਹੋ ਗਿਆ ਚੱਲ ਗਿਆ ਰੇੜਾ ਚੁੱਕ ਹੋ ਗਿਆ ਪਤਾ ਲੱਗਾ ਕਹਿੰਦਾ ਖੰਭੇ ਨੂੰ ਲੱਗਾ ਲੱਗਾ ਨੀ ਉੱਦਾਂ ਖੰਭਿਆਂ ਨੂੰ ਫਿਰ ਹੋ ਗਿਆ ਜਿੱਦਾਂ ਖੰਭੇ ਨੂੰ ਖਿੱਚ ਲਿਆ ਨਾ ਕਰੰਟ ਨੇ ਖਿੱਚ ਲਿਆ ਇਸ ਮੌਕੇ ਇੱਕ ਪ੍ਰਾਈਵੇਟ ਸਕੂਲ ਦੇ ਪ੍ਰਿੰਸੀਪਲ ਨੇ ਕਿਹਾ ਕਿ ਰੋਜ਼ਾਨਾ ਉਹਨਾਂ ਦੇ ਸਕੂਲ ਦੀ ਬੱਸ ਬੱਚਿਆਂ ਨੂੰ ਲੈ ਕੇ ਇੱਥੋਂ ਗੁਜ਼ਰਦੀ ਹੈ, ਜੇਕਰ ਬੱਸ ਲੰਘਣ ਸਮੇਂ ਹਾਦਸਾ ਵਾਪਰਦਾ ਤਾਂ ਵੱਡਾ ਜਾਨੀ ਨੁਕਸਾਨ ਹੋ ਸਕਦਾ ਸੀ। ਵੱਡਾ ਹਾਦਸਾ ਹੋ ਕੇ ਬਚ ਗਿਆ, ਸਾਡੇ ਸਕੂਲ ਦੀਆਂ ਬੱਸਾਂ ਲੰਘਦੀਆਂ ਖੰਭੇ ਦੇ ਵਿੱਚ ਕਰੰਟ ਆਇਆ, ਸਾਡੇ ਸਕੂਲ ਦੀ ਬੱਸ ਵੀ ਇੱਥੋਂ ਹੀ ਲੰਘ ਰਹੀ ਹੈ ਔਰ ਇਹਦਾ ਜਲਦੀ ਤੋਂ ਜਲਦੀ ਇਹਦਾ ਠੀਕ ਕੀਤਾ ਜਾਵੇ। ਹਾਦਸੇ ਤੋਂ ਬਾਅਦ ਮਾਹੌਲ ਉਸ ਸਮੇਂ ਤਣਾਅਪੂਰਨ ਹੋ ਗਿਆ ਜਦੋਂ ਠੇਕੇਦਾਰ ਮਨਪ੍ਰੀਤ ਸਿੰਘ ਆਪਣੇ ਸਾਥੀਆਂ ਨਾਲ ਪਹੁੰਚਾ ਤਾਂ ਆਪਣੀ ਗਲਤੀ ਨੂੰ ਛੁਪਾਉਣ ਲਈ ਉੱਥੇ ਮੌਜੂਦ ਲੋਕਾਂ ਨਾਲ ਬਿਨਾਂ ਵਜ੍ਹਾ ਰੌਲਾ ਪਾਉਣ ਲੱਗ ਗਿਆ ਤਾਂ ਗੁੱਸੇ ਵਿੱਚ ਆਏ ਲੋਕਾਂ ਨੇ ਬਿਜਲੀ ਵਿਭਾਗ ਦੇ ਠੇਕੇਦਾਰ ਖਿਲਾਫ਼ ਧਰਨਾ ਸ਼ੁਰੂ ਕਰ ਦਿੱਤਾ। ਧਰਨਾਕਾਰੀਆਂ ਨੇ ਮੰਗ ਕੀਤੀ ਕਿ ਲੋਕਾਂ ਨੂੰ ਅਪਸ਼ਬਦ ਬੋਲਣ ਵਾਲਾ ਠੇਕੇਦਾਰ ਮੁਆਫ਼ੀ ਮੰਗੇ ਅਤੇ ਲਾਪਰਵਾਹੀ ਨਾਲ ਹੋਏ ਇਸ ਹਾਦਸੇ ਦਾ ਹਰਜ਼ਾਨਾ ਭਰੇ। ਧਰਨੇ ਨੂੰ ਦੇਖਦੇ ਹੋਏ ਬਿਜਲੀ ਵਿਭਾਗ ਦੇ SDO ਸੁਖਵਿੰਦਰ ਸਿੰਘ ਮੌਕੇ 'ਤੇ ਪੁੱਜੇ ਅਤੇ ਉਹਨਾਂ ਕਿਹਾ ਕਿ ਸਮੱਸਿਆ ਨੂੰ ਜਲਦ ਹੱਲ ਕਰ ਦਿੱਤਾ ਜਾਵੇਗਾ। ਸਵੇਰੇ ਇੱਕ ਘਟਨਾ ਵਾਪਰੀ ਆ, ਮੇਰਾ ਨਾਮ ਦੇਖਣਾ ਇਸ ਤੋਂ ਕੁਛ ਠੇਕੇਦਾਰ ਵੱਲੋਂ ਜੋ ਟੈਕਨੀਕਲ ਗਲਤੀਆਂ ਉਹਨੂੰ ਉਸ ਦੇ ਕਹਿਣ ਪੂਰਾ ਕਰਨ ਲਈ ਕਹਿ ਤਾ ਗਿਆ ਅਤੇ ਨਾਲ ਹੀ ਜੋ ਨੁਕਸਾਨ ਹੋਇਆ ਜਾਨਵਰ ਦਾ ਜਾਂ ਨੁਕਸਾਨ ਹੋਇਆ ਪੂਰਾ ਕਰਨ ਦਾ ਉਹਨੇ ਯਕੀਨ ਦਵਾਇਆ ਅਤੇ ਆਹ ਜਿਹੜਾ ਕੰਮ ਹੁਣ ਤਾਂ ਰਹਿੰਦੀ ਹੈ ਇਹਨੂੰ ਤੁਰੰਤ ਦੂਰ ਕਰਨ ਲਈ ਉਹਨੂੰ ਕਹਿ ਤਾ ਗਿਆ।